ਸਤਿ ਸ਼੍ਰੀ ਅਕਾਲ ਦ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜੱਜ ਸਿੰਘ ਚਾਹਲ ਸਵਾਗਤ ਕਰਦਾ। ਸਾਬਕਾ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਜਦੋਂ ਤੋਂ 84 ਕਤਲੇਆਮ ਦੇ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਹੈ, ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਲਗਾਤਾਰ ਹੱਲੇ ਬੋਲਣੇ ਸ਼ੁਰੂ ਕਰ ਦਿੱਤੇ ਨੇ ਅਤੇ ਹੁਣ ਇੱਕ ਨਵਾਂ ਹਮਲਾ ਬੋਲਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ, ਜਿਨ੍ਹਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਕੌਮ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ। ਕੈਪਟਨ ਅਮਰਿੰਦਰ ਸਿੰਘ ਕਹਿ ਰਿਹਾ ਹੈ ਕਿ 84 ਦੇ ਕਤਲੇਆਮ ਕਾਂਗਰਸ ਨੇ ਨਹੀਂ ਕੀਤਾ, ਆ ਚਲੋ ਸੱਜਣ ਨੇ ਕਰ ਲਿਆ। ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਣਾ ਚਾਹੁੰਦਾ, ਜਦੋਂ ਕਾਂਗਰਸ ਛੱਡੀ ਸੀ 84 ਦੇ ਬਾਅਦ, ਉਦੋਂ ਕਾਂਗਰਸ ਕਿਉਂ ਛੱਡੀ ਸੀ? ਉਦੋਂ ਤਾਂ ਗਾਂਧੀ ਪਰਿਵਾਰ ਨੂੰ ਖਿਲਾਫ਼ ਬੋਲ ਕੇ ਕਿਹਨੇ ਟੈਂਕਾਂ ਤੋਪਾਂ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ, 84 ਦੇ ਕਤਲੇਆਮ ਕੀਤਾ, ਉਹ ਛੱਡ ਕੇ ਤਾਂ ਉਹਨਾਂ ਨੇ ਕਾਂਗਰਸ ਛੱਡੀ। ਹੁਣ ਕਿਉਂਕਿ ਉਹਨਾਂ ਨੂੰ ਮੁੱਖ ਮੰਤਰੀ ਬਣਾਤਾ, ਤੁਸੀਂ ਹੁਣ ਆਪਣੀ ਕੌਮ ਦੇ ਪਿੱਠ 'ਤੇ ਛੁਰਾ ਮਾਰ ਰਹੇ ਹੋ। ਸੁਖਬੀਰ ਸਿੰਘ ਬਾਦਲ ਦਾ ਤਾਂ ਇਸ ਦਾ ਕਹਿਣਾ ਹੈ ਕਿ ਸਾਨੂੰ ਕੈਪਟਨ ਅਮਰਿੰਦਰ ਸਿੰਘ ਵਰਗਾ ਮੁੱਖ ਮੰਤਰੀ ਨਹੀਂ ਚਾਹੀਦਾ ਜੋ ਕਿ ਗਾਂਧੀ ਪਰਿਵਾਰ ਦੇ ਇਸ਼ਾਰੇ 'ਤੇ ਚੱਲਦਾ। ਜਿਹੜਾ ਮੁੱਖ ਮੰਤਰੀ ਆਪਣੀ ਕੁਰਸੀ ਸੰਭਾਲਣ ਵਾਸਤੇ ਆਪਣੀ ਕੌਮ ਦੀ ਪਿੱਠ 'ਤੇ ਛੁਰਾ ਮਾਰ ਸਕਦਾ, ਉਹ ਮੁੱਖ ਮੰਤਰੀ ਆਪਣੇ ਸੂਬੇ ਦੀ ਰਖਵਾਲੀ ਨਹੀਂ ਕਰ ਸਕਦਾ। ਜਿਹੜਾ ਮੁੱਖ ਮੰਤਰੀ ਆਪਣੇ ਪੰਜਾਬ ਦੀ ਰੱਖਿਆ ਵਾਸਤੇ ਸਭ ਤੋਂ ਪਹਿਲੇ ਪਹਿਲ ਪੰਜਾਬ ਵਾਸਤੇ ਨਹੀਂ ਪਰ ਆਪਣੀ ਗਾਂਧੀ ਪਰਿਵਾਰ ਨੂੰ ਬਚਾਉਣ ਵਾਸਤੇ ਕਰੇ, ਇਹਦਾ ਮਤਲਬ ਹੈ ਗਾਂਧੀ ਪਰਿਵਾਰ ਜੇ ਉਹਨੂੰ ਕਹੂਗਾ ਚੁੱਪ ਹੋ ਜਾਏ, ਚੁੱਪ ਹੋ ਜੂਗਾ, ਗਾਂਧੀ ਪਰਿਵਾਰ ਕਹੂਗਾ ਬੋਲੇ ਤਾਂ ਬੋਲੂਗਾ। ਸੋ ਪੰਜਾਬ ਨੂੰ ਇਹੋ ਜਿਹਾ ਮੁੱਖ ਮੰਤਰੀ ਦੀ ਲੋੜ ਨਹੀਂ। ਇਸ ਤੋਂ ਵੀ ਇੱਕਦਮ ਅੱਗੇ ਵੱਧ ਕੇ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਰਾਹੁਲ ਗਾਂਧੀ ਨੂੰ ਵੀ ਇੱਕ ਸਵਾਲ ਪੁੱਛ ਲਿਆ। ਉਹਨਾਂ ਦਾ ਕਹਿਣਾ ਹੈ ਕਿ ਹੁਣ ਟਾਈਟਲਰ ਨੂੰ ਪਾਰਟੀ ਦੇ ਵਿੱਚੋਂ ਕਦੋਂ ਕੱਢਣਗੇ, ਜਦੋਂ ਉਸ ਨੂੰ ਸਜ਼ਾ ਹੋਏਗੀ? ਸੱਜਣ ਕੁਮਾਰ ਨੂੰ 84 ਦੇ ਕਤਲ 'ਚ ਉਮਰ ਕੈਦ ਮਿਲੀ ਹੈ। ਸੱਜਣ ਕੁਮਾਰ ਨੇ ਤਾਂ ਕੱਲ੍ਹ ਅਸਤੀਫਾ ਦਿੱਤਾ ਕਾਂਗਰਸ ਤੋਂ। ਕੀ ਰਾਹੁਲ ਗਾਂਧੀ ਟਾਈਟਲਰ ਨੂੰ ਕੱਢੂਗਾ? ਕਿਉਂਕਿ ਹਫ਼ਤੇ ਜਾਂ 10 ਦਿਨਾਂ ਦੇ ਅੰਦਰ ਟਾਈਟਲਰ ਵੀ ਅੰਦਰ ਜਾਣ ਵਾਲਾ ਹੈ। ਕੀ ਰਾਹੁਲ ਗਾਂਧੀ ਕਮਲਨਾਥ ਨੂੰ ਕੱਢੂਗਾ? ਕਿਉਂਕਿ ਉਹਨਾਂ ਦੇ ਖਿਲਾਫ਼ ਵੀ ਹੈ। ਬਸ ਜਦੋਂ ਫੜੇ ਜਾਣਗੇ ਉਹ ਫਿਰ ਕਹਿਣਗੇ, ਉਦੋਂ ਕਹਿਣਗੇ ਅਸਤੀਫਾ ਦੇ ਦੇਣਗੇ। ਦਰਅਸਲ ਸੱਜਣ ਕੁਮਾਰ ਨੇ ਆਪਣੀ ਕਨਵਿਕਸ਼ਨ ਤੋਂ ਬਾਅਦ ਕਾਂਗਰਸ ਪਾਰਟੀ ਤੋਂ ਅਸਤੀਫਾ ਦਿੱਤਾ ਹੈ। ਜਦੋਂ ਤੱਕ ਇਹ ਫੈਸਲਾ ਨਹੀਂ ਆਇਆ ਸੀ ਉਦੋਂ ਤੱਕ ਸੱਜਣ ਕੁਮਾਰ ਕਾਂਗਰਸ ਪਾਰਟੀ ਦਾ ਵੱਡਾ ਲੀਡਰ ਮੰਨਿਆ ਜਾਂਦਾ ਹੈ ਅਤੇ ਗਾਂਧੀ ਪਰਿਵਾਰ ਦੇ ਨੇੜਲਾ ਸਾਥੀ ਮੰਨਿਆ ਜਾਂਦਾ ਸੀ। ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਨੇ ਸੱਜਣ ਕੁਮਾਰ ਨੂੰ ਨਹੀਂ ਕੱਢਿਆ ਸੀ, ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਵੱਡੇ ਸਵਾਲ ਚੁੱਕ ਦਿੱਤੇ ਨੇ, ਕਿਉਂਕਿ ਸੱਜਣ ਕੁਮਾਰ ਨੂੰ ਸਜ਼ਾ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਗਾਂਧੀ ਪਰਿਵਾਰ ਦੇ ਪੱਖ ਵਿੱਚ ਖੜੇ ਹੋ ਗਏ ਨੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਗਾਂਧੀ ਪਰਿਵਾਰ ਨਿਰਦੋਸ਼ ਹੈ। ਕਤਲੇਆਮ ਦੇ ਵਿੱਚ ਜਿਨ੍ਹਾਂ ਦਾ ਵੀ ਨਾਂ ਆਇਆ ਉਹ ਸਭ ਨਿੱਜੀ ਤੌਰ 'ਤੇ ਦੋਸ਼ੀ ਨੇ, ਪਰ ਗਾਂਧੀ ਪਰਿਵਾਰ ਦਾ ਉਸ ਵਿੱਚ ਕੋਈ ਵੀ ਹੱਥ ਨਹੀਂ ਸੀ। ਇਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਖੁੱਲ੍ਹੇਆਮ ਗਾਂਧੀ ਪਰਿਵਾਰ ਦਾ ਬਚਾਅ ਕੀਤਾ, ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਕੈਪਟਨ ਅਮਰਿੰਦਰ ਸਿੰਘ 'ਤੇ ਹਮਲਾਵਰ ਹੁੰਦਾ ਦਿਖਾਈ ਦੇ ਰਿਹਾ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਵੀ ਸੱਜਣ ਕੁਮਾਰ ਤੋਂ ਪੱਲਾ ਝਾੜਦੀ ਦਿਖਾਈ ਦੇ ਰਹੀ ਹੈ, ਜਿੱਥੇ ਕਾਂਗਰਸ ਪਾਰਟੀ ਦੇ ਬੁਲਾਰੇ ਰਾਜ ਕੁਮਾਰ ਵੇਰਕਾ ਨੇ ਕਿਹਾ ਹੈ ਕਿ ਨਿੱਜੀ ਤੌਰ 'ਤੇ ਸੱਜਣ ਕੁਮਾਰ ਨੂੰ ਸਜ਼ਾ ਹੋਈ ਹੈ, ਕਾਂਗਰਸ ਪਾਰਟੀ ਦਾ ਉਸ ਨਾਲ ਕੋਈ ਵੀ ਵਾਸਤਾ ਨਹੀਂ ਹੈ। ਉਦੋਂ ਦੂਜੇ ਪਾਸੇ ਕੱਲ੍ਹ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇੱਕ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਹੀ ਸੱਜਣ ਕੁਮਾਰ ਦੇ ਖਿਲਾਫ਼ ਅਪੀਲਾਂ ਕੀਤੀਆਂ ਸੀ, ਜਿਸ ਕਰਕੇ ਉਸ ਨੂੰ ਸਜ਼ਾ ਹੋਈ ਹੈ। ਇਸ ਤਰ੍ਹਾਂ ਕਾਂਗਰਸ ਪਾਰਟੀ ਵੀ ਇਹ ਸ਼ੋਅ ਕਰਨਾ ਚਾਹੁੰਦੀ ਹੈ ਕਿ ਸਾਡਾ 84 ਦੇ ਕਤਲੇਆਮ ਦੇ ਵਿੱਚ ਕੋਈ ਵੀ ਹੱਥ ਨਹੀਂ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਦਾ ਸਿੱਧੇ ਤੌਰ 'ਤੇ ਕਹਿਣਾ ਹੈ ਕਿ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਦੀ ਪਲੈਨਿੰਗ ਦੇ ਤਹਿਤ ਹੀ 84 ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਇਸ ਨੂੰ ਲੈ ਕੇ ਹੁਣ ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਆਹਮੋ ਸਾਹਮਣੇ ਦਿਖਾਈ ਦੇ ਰਹੇ ਨੇ ਅਤੇ ਇਹੀ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ 84 ਦੇ ਕਤਲੇਆਮ ਦੇ ਵਿੱਚ ਗਾਂਧੀ ਪਰਿਵਾਰ ਦਾ ਕੋਈ ਹੱਥ ਸੀ ਕਿ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਦਾ ਉਹ ਬਿਆਨ ਸਹੀ ਹੈ ਕਿ ਗਾਂਧੀ ਪਰਿਵਾਰ ਕਤਲੇਆਮ ਦੇ ਵਿੱਚ ਨਿਰਦੋਸ਼ ਹੈ? ਇਸ ਬਾਰੇ ਤੁਹਾਨੂੰ ਕੀ ਲੱਗਦਾ ਹੈ ਇਸ ਵੀਡੀਓ 'ਤੇ ਕਮੈਂਟ ਕਰਕੇ ਆਪਣੀ ਰਾਏ ਖੁੱਲ੍ਹ ਕੇ ਬੇਬਾਕ ਹੋ ਕੇ ਜ਼ਰੂਰ ਦਿਓ। ਜੇਕਰ ਤੁਹਾਨੂੰ ਦ ਪੰਜਾਬ ਟੀਵੀ ਨਿਊਜ਼ ਚੈਨਲ ਪਸੰਦ ਆਉਂਦਾ ਹੈ ਤਾਂ ਇਸ ਨੂੰ ਹੁਣੇ ਸਬਸਕ੍ਰਾਈਬ ਕਰ ਲਓ। ਮੈਂ ਜੱਜ ਸਿੰਘ ਚਾਹਲ ਇਸੇ ਤਰ੍ਹਾਂ ਹੀ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਤੁਹਾਡੇ ਤੱਕ ਪਹੁੰਚਾਉਂਦਾ ਰਹਾਂਗਾ। ਤੁਸੀਂ ਬਣੇ ਰਹੋ ਦ ਪੰਜਾਬ ਟੀਵੀ ਦੇ ਨਾਲ। ਸੱਜਣ ਕੁਮਾਰ ਨੂੰ ਤੇ ਇਮੀਡੀਏਟ ਉਸੇ ਵੇਲੇ ਗ੍ਰਿਫਤਾਰ ਕਰ ਲੈਣਾ ਚਾਹੀਦਾ ਸੀਗਾ, ਉਹਨੂੰ ਅੰਦਰ ਦਿੰਦੇ, ਸੁਲਾਖਾਂ ਦੇ ਜਾਂਦੇ। ਪਰ ਅਸੀਂ ਕਹਿੰਦੇ ਹਾਂ ਕਿ ਜੇ 22 ਦੀ ਵੇ ਨਹੀਂ ਤੇ 30 ਤਰੀਕ ਉਹ ਸੁਲਾਖਾ ਜਾਏਗਾ। ਸਾਡਾ ਵਿਸ਼ਵਾਸ ਹੈ ਕਿ ਜਿੱਡਾ ਉਹਨੇ ਪਾਪ ਕੀਤਾ, ਜਿੱਡਾ ਉਹਨੇ ਅਨਰਥ ਕੀਤਾ ਸੀਗਾ, ਇਹ ਸਿੱਖ ਕੌਮ ਦੀਆਂ ਭਾਵਨਾਵਾਂ ਜਿਹੜੀਆਂ ਜੁੜੀਆਂ ਹੋਈਆਂ ਨੇ, ਉਹ ਜਿਹੜਾ ਉਹ ਪਾਪ ਅੱਜ ਜਿਹੜਾ ਉਹ ਖਤਮ ਹੋਣ 'ਤੇ ਆਏਗਾ ਹੀ, ਲੋਕਾਂ ਨੂੰ ਸਕੂਨ ਮਿਲੇਗਾ, ਸਜ਼ਾ ਹੋਏਗੀ, ਅੰਦਰ ਜਾਏਗਾ। ਪਰ ਅਸੀਂ ਆਸ ਕਰਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਕਿ ਇਹ ਸਿੱਖ ਕੌਮ ਇਸ ਗੱਲ ਦਾ ਵਿਚਾਰਾ ਕਰੇ ਕਿ ਉਹਨੂੰ ਫਾਂਸੀ ਦੀ ਸਜ਼ਾ ਮਿਲੇ।
देखो जो मर्जी कर लैन सानू कोई फर्क नहीं। असी अपनी कौम ने सिख कौम ने श्रोमणी कमेटी चोणां लड़नियां। अकाली दल पहला तो लैके लड़दा आया। बड़े इतने साध संगत बोर्ड बने, मान दल भी बनिया, कई इतने संस्थावां आईयां, सब ने चोणां लड़ियां। लेकिन श्रोमणी कमेटी दे विच हमेशा मान सन्मान किहनूं मिलिया? जिहड़ा श्रोमणी अकाली दल ने कैंडीडेट दित्ता, क्योंकि इस संस्था नूं पैदा करने वास्ते श्रोमणी अकाली दल ते पूरे सिखां ने बहुत वड्डियां कुर्बानियां कीतियां। लोगों को विश्वास है कि बाकी लोग जिहड़े आ उह कांग्रेस के एजेंट बन के टाउट बन के चोणां लड़दे आ, उह गुरद्वारे नूं ढाउण वाले आ। ते केवल श्रोमणी अकाली दल है जिहड़ा गुरद्वारे की सेवा संभाल अते इस नूं बनाउण विच अपना रोल अदा करदा। सज्जन कुमार नूं जिहड़ी सज़ा होई है उहदे वास्ते तुसीं फुलका नूं क्रेडिट दिंदे हो? देखो सभनां नूं दिंदे असीं। हर सिख ने इस भूमिका निभाई है, हर सिख ने अरदास की है। जे उन्हें भी जिथे आर एस चीमा साहब सी बी आई वाले पास्यों पास पेश होए, उन्हें लड़की चीमा जी सी बेटी वह भी पेश हुई है, अपने फूलका साहब ने भी रोल अदा किया। क्योंकि शुरू तो लैके असी श्रोमणी अकाली दल तो श्रोमणी गुरुद्वारा प्रबंधक कमेटी दिल्ली से गुरुद्वारा प्रबंधक कमेटी दिल्ली अकाली दल सारे ने ये खर्च भी किए तो संघर्ष भी किया। तो जेड़े जेड़े भी वकीलों ने भी सहयोग दिता सब का धन्यवाद करते। पंचायती चोणां दे विच जिहड़े आ लगातार गल्लां आ रही जी, नामजदगी पत्र खास हो रहे हैं जी, तां की मंदे हो कांग्रेस सरकार? देखो डेमोक्रेसी दा कहाण हो रहा है। चोणां दा मतलब हुंदा है कि लोगों की राय लैनी है, लोगों ने अपने पिंडां दे नुमाइंदे चुनने हैं, सही नुमाइंदे चुनने हैं, लोगों की सेवादार चुनने हैं। जे असीं धक्के करांगे, कागज रद्द करावांगे, फिर असीं लोगों की राय की लई? फिर लोगों ने अपनी मर्जी नाल तां नहीं चुनिया। सो अज देखण च आ रहा है कि थां थां दे उत्ते सरकार वल्लों धक्के किए जा रहे हैं और श्रोमणी अकाली दल दे नाल जिहड़े नुमाइंदे संबंधित है उन्हां नूं रद्द किया जा रहा है ते सीधे अपने नुमाइंदे जिताए जा रहे हैं। बहुते हुण साडे इलाके विच असीं ते बहुते तकरीबन बहुत सारे असीं सर्वसम्मतियां कराईआं, क्योंकि असीं कहा वी लड़ाई ना पाओ, झगड़ा ना करो, ते फिर भी बहुत थावां दे उत्ते ना रद्द कीते। फिर भी मैं समझदी हां कि इह कोई लोकां दी राय नहीं होणी, इह जिहड़े भी सरपंच बणे ने अपनी मोहर ला देणी है, भावें सरपंच साडी पार्टी दे होण, भावें सरपंच आजाद होण, पर मोहर कांग्रेस ने अपनी लाउणी कि सारे गुरद्वारे साहब जिन्ने गुरधाम पाकिस्तान विच है ये श्रोमणी गुरद्वारा प्रबंधक कमेटी की ही जायदाद सी ते श्रोमणी गुरद्वारा प्रबंधक कमेटी ही इहदा प्रबंध करती सी। इत्थे सारे समागम श्रोमणी गुरद्वारा प्रबंधक कमेटी वल्लों ही मनाए जांदे सी। पर बदकिस्मती साडी इह है कि 1999 2000 तो बाद उन्होंने 99 तो बाद उन्होंने गुरुद्वारियां दी अपनी औकाफ बना बोर्ड बना दिता ते साडे गुरुद्वारियां दे उत्ते उस सरकार ने कब्जा कर लिया सब, जिहड़ा कि सानू बड़ा पीड़ा दित्ती इस गल दी। क्योंकि जदों गुरुद्वारे साडी अमानत सी श्रोमणी कमेटी दे, ठीक है देश वंडे गए, देश वंडे जा सकदे आ, धरती वंडी जा सकदी है, पानी वंडिया जा सकदा, पर धर्म नहीं वंडिया जा सकदा। धर्म साडा जिथे भी साडे गुरधाम ने श्रोमणी कमेटी की सेवा संभाल करती सी उस सरकार का पहला तो फर्ज नहीं सी बनता, ठीक है देश वंडिया गया सी, पहला भी तो 1947 तो लैके असीं प्रबंध करते आ रहे सी। ते जे हुण बाबे नानक का घर बाबा करतारपुर साहब विखे लांघे की गल आई है, सरकार वल्लों साडे वल्लों पार्टी वल्लों ये सुझाव दिता गया सीगा कि क्योंकि एक पासे तो वह कहिंदी है कि ISI जां उत्थों दे जिहड़े टैररिस्ट लोग है वह खदशा प्रगट करते हैं कि देश विच किसे वेले आ सकते हैं। इस खदशे नूं रोकण वास्ते साडे वल्लों सुझाव दिता गया सीगा कि वह जिहड़ा खिता वो गुरद्वारा साहब का आला दुआला जिहड़ा जिन्नी जगह बनती होवे हिंदुस्तान दे सपुरद की जाए तो उन्नी जा उत्थों वध जिहड़ी भी थां चाहुंदे होण वो असीं उन्हां नाल वटांदरा कर लईए। पर अफसोस है कि उस देश की पता नहीं की राजनीति है जां की उह कहिंदे आ, सानूं तो इक्को ही सी खुले दर्शन ददारे ते सेवा संभाल दा दर्शन ददारे की गल चल पई, लेकिन सेवा संभाल की भी असीं अरदास रोज़ करते हैं। सो मैं तो समझदी हां सेवा संभाल भी जिहड़ी है खालसा पंथ को श्रोमणी कमेटी को फिर आनी चाहिए। मनप्रीत सिंह बादल ते कांग्रेस का मुख्यमंत्री कहिंदा सी असी 2000 करोड़ रुपया रेते तो कमावांगे, श्रोमणी अकाली दल दे राज दे दौरान 100 करोड़ की आमदन आउंदी सी, हुण 20 करोड़ तो वध नहीं है। हुण जान के इन्होंने ऑक्शन नहीं की क्योंकि सीधे शरेआम कांग्रेसी MLA थोड़े का फिरोजपुर देख ही लो की हो रहा, जीरे चली जाते जीरा थोड़ा जो MLA है 24 घंटे आई काम किया शरेआम, अज भी चल रहा शरेआम रेता कट के बेची जाते नाले हूँ ऑक्शन करना ही नहीं चाहते, जान के तुम देख लो 2 साल हो गए ऑक्शन ही नहीं हुई क्योंकि लोड़ ही नहीं ऑक्शन की, उन्होंने शरेआम खुली छुट्टी मिली है।